ਜਲਾਲਾਬਾਦ ਵਿੱਚ 2 ਮਹੀਨੇ ਪਹਿਲਾਂ ਪਿੰਡ ਦੀ ਇੱਕ ਵਿਦਿਆਰਥਣ ਨਾਲ ਜਬਰ ਜਨਾਹ ਕੀਤੇ ਜਾਣ ਤੋਂ ਬਾਅਦ ਮੁਕੱਦਮੇ ਵਿੱਚ ਨਾਮਜ਼ਦ ਅਤੇ ਪੁਲਿਸ ਦੀ ਪਹੁੰਚ ਤੋਂ ਫਰਾਰ ਚੱਲ ਰਹੇ ਦੋਸ਼ੀਆਂ ਨੂੰ ਬਚਾਉਣ ਲਈ ਦੋਸ਼ੀ ਨੌਜਵਾਨ ਦੇ ਪਰਿਵਾਰ ਵੱਲੋਂ ਪੀੜਤ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਪੀੜਤ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮੁਤਾਬਕ ਪੀੜਤ ਮੁਕਤਸਰ ਸਾਹਿਬ ਦੇ ਇੱਕ ਨਿੱਜੀ ਕਾਲਜ ਦੀ ਵਿਦਿਆਰਥਣ ਹੈ ਅਤੇ ਬੀਤੀ 15 ਜੁਲਾਈ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਉਸਨੂੰ ਕੋਲਡ ਡਰਿੰਕ ਦੇ ਵਿੱਚ ਨਸ਼ੇ ਵਾਲੀ ਚੀਜ਼ ਮਿਲਾ ਕੇ ਉਸਨੂੰ ਬੇਹੋਸ਼ ਕਰਕੇ ਉਸਦੇ ਨਾਲ ਜਬਰ ਜਨਾਹ ਕੀਤਾ ਗਿਆ ਸੀ, ਜਿਸ ਦੀ ਸ਼ਿਕਾਇਤ ਪੀੜਤ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਪਰ ਬੀਤੇ ਦਿਨੀ ਉਸ ਨਾਲ ਕਾਲਜ ਵਿੱਚ ਪੜ੍ਹਨ ਵਾਲੀ ਇੱਕ ਸਹਿ ਜਮਾਤੀ ਨੇ ਉਸਨੂੰ ਦੱਸਿਆ ਹੈ ਕਿ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਚੁੱਕੀਆਂ ਨੇ, ਜਿਸ ਕਾਰਨ ਪੀੜਤ ਵੱਲੋਂ ਖੁਦਕੁਸ਼ੀ ਵਰਗਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਮੌਕੇ ਪੀੜਤ ਨੇ ਦੋਸ਼ ਲਗਾਇਆ ਹੈ ਕਿ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਵੀ ਪੁਲਿਸ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਹੈ। ਇਸ ਦੇ ਨਾਲ ਹੀ ਪੀੜਤ ਅਤੇ ਉਸਦੇ ਪਰਿਵਾਰ ਨੇ ਇਸ ਘਟੀਆ ਕੰਮ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਵਿਰੁੱਧ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਕਰਨ ਦੀ ਵੀ ਗੱਲ ਕਹੀ ਹੈ। ਸਰ, ਮੈਂ ਜਦੋਂ ਪੜ੍ਹਦੀ ਸੀ ਕਾਲਜ ਪੜ੍ਹ ਕੇ ਆਈ ਸੀ, ਜਦੋਂ ਪੜ੍ਹਨ ਤੋਂ ਬਾਅਦ ਜਦੋਂ ਮੈਂ ਪੜ੍ਹ ਕੇ ਆਈ ਨਾ 14 ਤਰੀਕ ਨੂੰ, ਅਤੇ 15 ਤਰੀਕ ਨੂੰ ਮੈਂ ਘਰੇ ਇਕੱਲੀ ਸੀ, ਅਤੇ ਜਦੋਂ ਇਕੱਲੀ ਸੀ ਅਤੇ ਮੈਨੂੰ ਨਿਆਲੋ ਬਾਈ ਬੁਲਾਉਣ ਆਏ ਅਤੇ ਮੇਰੇ ਨਾ ਘਰ ਦੇ ਵੀ ਚੂਨਾ ਲਾਉਣ ਗਏ ਹੋਏ ਸੀ। ਜਦੋਂ ਚੂਨਾ ਲਾ ਕੇ ਵੀ ਇੱਥੇ ਗਏ ਘਰੇ ਤਾਂ ਮੇਰੇ ਘਰ ਨਾ ਆਂਢ ਗੁਆਂਢ ਘਰ ਸੀ ਅਤੇ ਨਾ ਕੋਈ ਵੀ ਨਹੀਂ ਘਰ ਸੀ, ਕਿਉਂਕਿ ਮੈਨੂੰ ਬੁਲਾ ਜਦੋਂ ਬੁਲਾਉਣ ਆਏ ਤਾਂ ਮੈਨੂੰ ਕਹਿੰਦੀ ਵੀ ਨਾ ਤੇਰੇ ਨਾਲ ਕੰਮ ਹੈ, ਤੂੰ ਆ ਮੇਰੇ ਨਾਲ। ਮੈਂ ਕਹਾਂ ਚਲੀ ਗਈ, ਜਦੋਂ ਮੈਂ ਚਲੀ ਗਈ ਨਾ ਉਹਦੇ ਘਰੇ ਚਲੀ ਗਈ ਤਾਂ ਉੱਥੇ ਮੈਂ ਬੈਠੀ, ਮੈਨੂੰ ਕਹਿੰਦੇ ਬੈਠ ਜਾ, ਮੈਂ ਬੈਠ ਗਈ ਰੂਮ 'ਚ। ਰੂਮ 'ਚ ਬਿਠਾ ਤਾ ਸੀ, ਜਦੋਂ ਬੈਠਣ ਤੋਂ ਬਾਅਦ ਮੈਨੂੰ ਕਹਿੰਦੀ ਕੋਲਡ ਡਰਿੰਕ ਪੀ ਲਿਆ, ਮੈਂ ਕੋਲਡ ਡਰਿੰਕ ਪੀ ਲਿਆ। ਕੋਲਡ ਡਰਿੰਕ ਪੀਣ ਵਿੱਚ ਜਦੋਂ ਮੈਂ ਪੀਣ ਤੋਂ ਬਾਅਦ ਮੈਨੂੰ ਥੋੜ੍ਹਾ ਥੋੜ੍ਹਾ ਨਸ਼ਾ ਹੋਣ ਲੱਗਾ, ਉੱਥੋਂ 3 ਬੰਦੇ ਆ ਗਏ। 3 ਬੰਦਿਆਂ ਨੇ, ਇੱਕ ਬੰਦੇ ਜਿਹੜੇ ਹੈਗੇ ਸੀ, 2 ਬੰਦੇ ਉਹ ਬਾਹਰ ਖੜ੍ਹ ਕੇ ਸੁਖਚੈਨ ਜਿਹੜਾ ਬਲਾਤਕਾਰ ਕਰਨ ਵਾਲਾ ਸੀ ਉਹ ਸੁਖਵਿੰਦਰ ਸਿੰਘ ਸੀ, ਉਹਨੇ ਰੂਮ ਬੰਦ ਕਰਤਾ ਅਤੇ ਇੱਧਰ ਮੈਨੂੰ ਧਮਕੀਆਂ ਦੇਣ ਲੱਗ ਪਏ। ਮੈਨੂੰ ਕਹਿੰਦੇ ਤੈਨੂੰ ਮਾਰ ਦੇਣਾ, ਤੈਨੂੰ ਜਾਨੂ ਮਾਰ ਦੇਣਾ, ਤੇਰੀਆਂ ਉਹ ਕਰ ਦੇਣੇ, ਵਾਧੂ ਮੈਨੂੰ ਧਮਕੀਆਂ ਉਹਨਾਂ ਦਿੱਤੀਆਂ। ਮੈਂ ਡਰਤੀ ਮਾਰੀ, ਕੋਈ ਕੁਛ ਨਹੀਂ, ਰੋਲਾ ਵੀ ਨਹੀਂ ਪਾਇਆ, ਰੋਲਾ ਪਾਉਣ ਦੀ ਸੀ, ਰੋਲਾ ਨਹੀਂ ਪਾਉਣ ਦਿੰਦੇ ਸੀ। ਅਤੇ ਬਾਅਦ 'ਚੋਂ ਜਿਹੜੇ ਬੰਦੇ 3 ਸੀ, ਉਹ ਨਿਆਲੋ ਬਾਈ ਅਤੇ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ਜਿਹੜਾ ਸੁਖਚੈਨ ਸਿੰਘ ਹੈ ਉਹ ਪੁੱਤਰ ਰੇਸ਼ਮ ਸਿੰਘ ਦਾ, ਜਿਹੜਾ ਗੁਰਦੀਪ ਸਿੰਘ ਹੈ ਉਹ ਪੁੱਤਰ ਗੁਰਦੀਪ ਸਿੰਘ ਉਹਦਾ, ਗੁਰਪ੍ਰੀਤ ਗੁਰਦੀਪ ਸਿੰਘ, ਨਿਆਲੋ ਬਾਈ ਪਤਨੀ ਰੇਸ਼ਮ ਸਿੰਘ ਦੀ, ਇਹਨਾਂ ਚਾਰਾਂ ਨੇ ਰਲ ਮਿਲ ਕੇ ਮੇਰੇ ਨਾਲ ਬਲਾਤਕਾਰ ਕੀਤਾ। ਇਹਨਾਂ ਜਿਹੜੇ ਤਿੰਨ ਨਾਲ ਮਦਦ ਕੀਤੀ ਅਤੇ ਜਿਹੜਾ ਚੌਥਾ ਹੈ ਸੁਖਵਿੰਦਰ ਸਿੰਘ, ਇਹਨੇ ਮੇਰੇ ਨਾਲ ਬਲਾਤਕਾਰ ਕੀਤਾ। 14 ਤਰੀਕ ਨੂੰ ਟ੍ਰੇਨਿੰਗ ਕਰਕੇ ਆਈ ਸੀ ਅਤੇ ਅਸੀਂ ਨਾ ਦੂਜੇ ਕਿ ਦੂਜੇ ਦਿਨ 15 ਤਰੀਕ ਨੂੰ ਝੋਨਾ ਲਾਉਣ ਗਿਆ ਤਾਂ ਝੋਨਾ ਲਾਉਣ ਗਿਆ ਤਾਂ ਸਵੇਰੇ ਕਿੱਧਰ ਕੇ ਕੋਈ ਨਹੀਂ ਦੇ ਸਕੇ ਵੀ ਨਾ ਤੂੰ ਘਰੇ ਰਹੇ ਅਤੇ ਅਸੀਂ ਜਾਣੇ ਝੋਨਾ ਲਾਉਣ। ਜਦੋਂ ਝੋਨਾ ਲਾਉਣ ਗਿਆ ਤਾਂ ਉੱਥੇ ਨਾ ਜਾ ਤੇ ਦੂਜੇ ਬਾਅਦ ਇਹਨੇ ਘਰੇ ਕੁੜੀ ਇਕੱਲੀ ਸੀ, ਨਾਲ ਗੁਆਂਢ ਸਾਡੀ ਹੈਗੀ ਸੀ, ਕਹਿੰਦੀ ਵੀ ਜਿਹਨੇ ਉਹਦਾ ਗੱਲ ਸੁਣ, ਜਦੋਂ ਗੱਲ ਸੁਣ ਲਈ ਤਾਂ ਜਾ ਤਾਂ ਉਹਨੇ ਕੋਲਡ ਵਿੱਚ ਪਤਾ ਨਹੀਂ ਕੀ ਉਹਨੇ ਘਰ ਪਾਇਆ ਤਾਂ ਉਹਨੂੰ ਕੁੜੀ ਕੁਝ ਕਰ ਦਿੱਤੇ, 4 ਮੁੰਡੇ ਮੰਗਵਾ ਲਓ ਮਿਰਤੀ ਉੱਠੇ ਬਲਾਕਾਰ ਕੀਤਾ। ਉਦੋਂ ਸ਼ਾਮ 12 ਵਜੇ ਉੱਥੇ ਰਹਿਣਾ ਸੀ, ਘਰੇ ਆਏ ਤਾਂ ਜਦੋਂ 12 ਵਜੇ ਚੋਣਾਂ ਲਾ ਦੇ ਤਾਂ ਮੇਰੀ ਕੁੜੀ ਬਹੁਤ ਪੈ ਗਈ, ਅਤੇ ਮੈਨੂੰ ਪੁੱਛਿਆ ਕੀ ਗੱਲ, ਹਾਂਜੀ ਇਸ ਤਰ੍ਹਾਂ ਵੀ ਮੈਂ ਗੁਆਂਢੀਆਂ ਨੇ ਕੀਤਾ ਮੇਰਾ ਬਲਾਕਾਰ ਕੀਤਾ। ਅਸੀਂ ਤਾਂ ਬਗੈਰ ਹਸਪਤਾਲ ਲਾ ਕੇ ਗੁਆਂਢੀ ਸਾਰੇ ਆਪਦੇ ਪਾਸੇ ਆਉਂਦੇ, ਨਹੀਂ ਕਿਤੇ ਨਹੀਂ ਜਾਣਾ, ਤੁਹਾਡੇ ਰਾਜੀਨਾਮਾ ਕਰਾਵਾਂਗੇ। ਉਹ ਰਾਜੀਨਾਮਾ ਕਰਦਾ ਮੇਰੀ ਕੁੜੀ ਨੇ ਉਹਨੇ ਬਲਾਕਾਰ ਕਰ ਦਿੱਤਾ, ਮੈਂ ਨਹੀਂ ਰਹਿਣਾ ਕਰ। 18 ਤਰੀਕ ਨੂੰ ਸਾਡਾ ਇੱਥੇ ਮੈਡੀਕਲ ਹੋਇਆ, ਮੈਡੀਕਲ ਕਰਾ ਰਹੇ ਹਾਂ, ਜਦੋਂ ਘਰੇ ਆਏ ਤਾਂ ਜਾ ਰਹੇ ਮੁੰਡੇ ਸਾਡਾ ਇੰਨਾ ਪਰਚਾ ਕੀਤਾ। 15 ਤਰੀਕ ਦੀ ਗੱਲ ਸੀ ਅਤੇ 26 ਤਰੀਕ ਨੂੰ ਇੰਨਾ ਪਰਚਾ ਕੀਤਾ ਸਾਰਾ, ਪਰ 26 ਤਰੀਕ ਨੂੰ ਇਹਨਾਂ ਨੇ ਜੀ 3 ਬੰਦੇ ਬਾਹਰ ਕਢਾ ਦਿੱਤੇ।
ਮਿਤੀ 15/7/18 ਨੂੰ ਮੁੱਖ ਮਰਾਈਆਂ ਦੀ ਲੜਕੀ ਬੀਨਾ ਰਾਣੀ ਪੁੱਤਰੀ ਪ੍ਰੇਮ ਸਿੰਘ ਵਾਸੀ ਮੁੱਖ ਮਰਾਈਆਂ, ਜਿਸ ਦੇ ਨਾਲ 15/7/18 ਨੂੰ ਸੁਖਵਿੰਦਰ ਸਿੰਘ ਨਾਮ ਦੇ ਲੜਕੇ ਨੇ ਬਲਾਤਕਾਰ ਕੀਤਾ ਸੀ, ਜਿਸ ਦੇ ਸੰਬੰਧ ਵਿੱਚ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ, ਕਾਰਵਾਈ ਅਮਲ 'ਚ ਲਿਆਂਦੀ। ਜੋ ਉਦੋਂ ਦਾ ਭਗੌੜਾ ਪੁਲਿਸ ਦੇ ਮਗਰ ਫੜ ਨੂੰ ਵੱਖ ਵੱਖ ਪਾਰਟੀਆਂ ਭੇਜ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਜੋ ਇਹਨਾਂ ਨੇ ਹੁਣ ਨਿਹਾਲੋ ਬਾਈ ਅਤੇ ਸੁਖਚੈਨ ਸਿੰਘ ਨੇ ਰਲ ਕੇ ਇਸ ਦੀਆਂ ਫੋਟੋ ਇੰਟਰਨੈੱਟ 'ਤੇ ਪਾ ਦਿੱਤੀਆਂ, ਜਿਸ ਦੇ ਸੰਬੰਧ ਵਿੱਚ ਸਦਰ ਜਲਾਲਾਬਾਦ ਪੁਲਿਸ ਨੇ ਕਾਰਵਾਈ ਅਮਲ 'ਚ ਲਿਆਂਦੀ। ਜੋ ਅੰਡਰ ਸੈਕਸ਼ਨ 66/67/67A IT ਐਕਟ 2000 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਪੁਲਿਸ ਵੱਖ ਵੱਖ ਛਾਪੇਮਾਰੀ ਕਰ ਰਹੀ ਹੈ।